ਫਾਜ਼ਿਲਕਾ ਦੇ ਵਿੱਚ ਚੋਰੀ ਦੀਆਂ ਘਟਨਾਵਾਂ ਨੂੰ ਰੋਕਣ ਦੇ ਲਈ ਡੀਐਸਪੀ ਅਤੇ ਐਸਐਚਓ ਨੇ ਸਮਾਲੀ ਕਮਾਨ ਪੁਲਿਸ ਕਰਮਚਾਰੀਆਂ ਨੂੰ ਜਾਰੀ ਕੀਤੀਆਂ ਹਦਾਇਤਾਂ। ਫਾਜ਼ਿਲਕਾ ਦੇ ਵਿੱਚ ਵਧਰੀਆਂ ਚੋਰੀ ਦੀਆਂ ਘਟਨਾਵਾਂ ਤੇ ਅੰਕੁਸ਼ ਲਗਾਉਣ ਦੇ ਲਈ ਡੀਐਸਪੀ ਜਸਵੀਰ ਸਿੰਘ ਪੰਨੂ ਅਤੇ ਥਾਣਾ ਸਿਟੀ ਦੇ ਐਸਐਚਓ ਬਚਨ ਸਿੰਘ ਵੱਲੋਂ ਕਮਾਨ ਸੰਭਾਲੀ ਗਈ ਹੈ। ਉਹਨਾਂ ਵੱਲੋਂ ਬੀਤੀ ਰਾਤ ਪੁਲਿਸ ਕਰਮਚਾਰੀਆਂ ਦੇ ਨਾਲ ਮੀਟਿੰਗ ਕੀਤੀ ਗਈ ਅਤੇ ਉਹਨਾਂ ਨੂੰ ਚੋਰੀ ਦੀਆਂ ਘਟਨਾਵਾਂ ਰੋਕਣ ਦੇ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ। ਉਹਨਾਂ ਨੇ ਕਿਹਾ ਕਿ ਕੋਈ ਵੀ ਵਿਅਕਤੀ ਅਗਰ ਉਹਨਾਂ ਦੇ ਕੋਲੋਂ ਗੁਜ਼ਰਦਾ ਹੈ ਤਾਂ ਉਸ ਦੀ ਪੁੱਛਗਿੱਛ ਕੀਤੀ ਜਾਵੇ ਅਤੇ ਉਸ ਦੀ ਅੱਛੀ ਤਰ੍ਹਾਂ ਨਾਲ ਤਲਾਸ਼ੀ ਵੀ ਲਈ ਜਾਵੇ। ਉਹਨਾਂ ਨੇ ਕਿਹਾ ਕਿ ਫਾਜ਼ਿਲਕਾ ਦੇ ਵਿੱਚ ਚੋਰੀ ਦੀਆਂ ਘਟਨਾਵਾਂ ਨੂੰ ਰੋਕਣ ਦੇ ਲਈ ਉਹ ਪੂਰੀ ਤਰ੍ਹਾਂ ਨਾਲ ਵਚਨਬੱਧ ਹਨ ਅਤੇ ਜਨਤਾ ਦੀ ਸੁਰੱਖਿਆ ਦੇ ਲਈ ਪੁਲਿਸ ਵੱਲੋਂ ਲਗਾਤਾਰ ਪ੍ਰਯਾਸ ਕੀਤੇ ਜਾ ਰਹੇ ਹਨ। ਕਿਸੇ ਦੀ ਬੀੜ ਦੇ ਵਿੱਚ ਕੋਈ ਚੋਰੀ ਹੋ ਗਈ, ਕੋਈ ਗੱਲਬਾਤ ਹੋ ਗਈ, ਕੋਈ ਟ੍ਰੈਫਿਕ ਕਰਨਾ ਗਿਆ, ਕੋਈ ਇੱਧਰ ਹੋ ਗਿਆ, ਤੁਹਾਨੂੰ ਬਖਸ਼ਣਗੇ। ਸੁਣੀ ਗੱਲ, ਇਹਨਾਂ ਦੇ ਆਪਣਾ ਸਬ ਏਜੰਸੀ ਵੜ ਦਿਓ ਪਿੰਡ, ਕਿਹੜੇ ਕਿਹੜੇ ਪਿੰਡ 'ਤੇ ਇਹਨੇ ਖੜਨਾ, ਇਹਨਾਂ ਕਿਹੜੇ ਪਿੰਡ 'ਤੇ ਇਹਨੇ ਗੱਲ ਕਰਨਾ, ਪੁਆਇੰਟ ਇਹਨਾਂ ਨੂੰ ਦਿੱਤੇ ਹੋਏ ਪਹਿਲੇ ਵੰਡ ਕੇ ਦਿੱਤੇ ਨਾ, ਆਪਣੇ ਪਿੰਡਾਂ 'ਤੇ ਰਹਿਣਾ, ਆਪਦੇ ਮੁਹੱਲੇ 'ਚ ਰਹਿਣਾ, ਜੇ ਕੋਈ ਚੋਰੀ ਹੋਈ ਛੱਡਣਾ ਨਹੀਂ ਜੀ। ਹਾਂ, ਅੱਜ ਪਹਿਲਾ ਦਿਨ ਆ ਅਤੇ ਪਹਿਲੇ ਦਿਨ 'ਚ ਰਖੜੇ ਜਾਇਓ ਅਤੇ ਪਹਿਲੇ ਦਿਨ 'ਚ ਮੇਰੀ ਡਿਊਟੀ ਲੱਗੀ ਹੈ, ਠੀਕ ਆ, ਡਿਊਟੀ ਪੂਰੀ ਕਰੋ, ਠੀਕ ਆ, ਗੱਲਾਂ ਮਾਰੀਆਂ।